ਹੈਲੋ ਗਾਇਜ਼, ਵੈਲਕਮ ਟੂ ਬੈਕ ਮਾਈ ਚੈਨਲ ਮੇਰਾ ਕਲਚਰ। ਅਤੇ ਆਪਾਂ ਸਾਰੇ ਜਾ ਰਹੇ ਸੀਗੇ ਕਰਤਾਰਪੁਰ ਦੇ ਮੇਲੇ ਦੇ ਵਿੱਚ, ਹੋਲੇ ਮੇਲੇ ਤੋਂ ਲੱਗਦਾ ਲੋਕ ਕੀਤਾ ਆ ਗਏ ਤੁਹਾਨੂੰ ਵਧੀਆ ਪਸੰਦ ਕਰਾਂਗੇ, ਕਮੈਂਟ ਕਰੋ, ਲਾਈਕ ਕਰੋ, ਸ਼ੇਅਰ ਕਰੋ, ਬਹੁਤ ਸਾਰੇ ਗਾਈਜ਼। ਅਤੇ ਆ ਦੋ ਦਿਨ ਚੱਲੇ ਆ ਅਤੇ ਮੈਂ ਇੰਟਰਵਿਊ ਨਹੀਂ ਲੈਣਾ ਭੁੱਲ ਗਿਆ ਸੀ, ਅਤੇ ਮੈਂ ਕਹਿੰਦਾ ਰਿਹਾ ਹੈਲੋ ਗਾਈਜ਼ ਐਂਡ ਵੈਲਕਮ ਟੂ ਬੈਕ ਮਾਈ ਚੈਨਲ ਗੌਰਵ ਐਂਡ ਸ਼ੋ। ਤੁਸੀਂ ਸਾਰੇ ਕਿੱਦਾਂ? ਅਸੀਂ ਆਏ ਹਾਂ ਕਰਤਾਰਪੁਰ, ਲੱਗਾ ਦੁੱਧ ਦੇ ਪੈਕਟ ਅੰਦਰ ਲੈ ਕੇ ਜਾ ਰਹੇ ਆ ਅਤੇ ਚੱਲੇ ਹਾਂ ਕਰਤਾਰਪੁਰ। ਜਦੋਂ ਮੈਂ ਖੋਲਣਾ ਗੱਡ ਚਲੋ ਚੱਲੀਏ ਸਾਰੇ ਨਾਥ ਗਿਆਰਾ ਚੈਂਪੀ। ਮੇਰਾ ਅੱਗੇ ਮੰਦਰ ਸੀ, ਮੱਥਾ ਟੇਕਣ ਆਇਆ। ਹੈਲੋ ਗਾਇਜ਼ ਐਂਡ ਵੈਲਕਮ ਟੂ ਬੈਕ ਮਾਈ ਚੈਨਲ ਗੌਰਵ ਪੈਟ ਸ਼ੋਪ। ਅਤੇ ਆਪਾਂ ਨਾ ਜਾ ਰਹੇ ਹਾਂ ਅਨੰਦਪੁਰ ਦੇ ਮੇਲੇ 'ਚ, ਜਿਹੜਾ ਉੱਥੇ ਲੱਗਦਾ ਆ 9/11 'ਤੇ ਕਰਤਾਰਪੁਰ। ਅਤੇ ਆਪਾਂ ਇੱਥੇ ਪਹੁੰਚ ਗਏ ਹਾਂ ਪੀਰਾਂ ਦੀ, ਇੱਥੇ ਸਾਹਮਣੇ ਲੰਗਰ ਲੱਗਦਾ ਪਿਆ। ਅਤੇ ਆਪਾਂ ਹੁਣ ਬਸ ਪਹੁੰਚਣੀ ਲੱਗੇ ਹਾਂ, ਅਤੇ ਤੁਸੀਂ ਸਾਰੇ ਲਾਈਕ ਐਂਡ ਸਬਸਕ੍ਰਾਈਬ ਕਰਦੇ ਚੈਨਲ ਨੂੰ, ਅਤੇ ਆਪਾਂ ਇੱਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ। ਤੁਸੀਂ ਬਸ ਸਾਡੇ ਸਪੋਰਟ ਕਰੋ, ਅਤੇ ਅਸੀਂ ਬੱਸਾਂ ਵਾਲੇ ਵੀ ਬੜੇ ਘੁੰਮਣ ਵਾਲੇ ਅਮੇਜ਼ਿੰਗ ਆ। 9/11 ਟਰੈਕਟਰ ਆ, ਆਪਾਂ ਹੁਣ ਇੱਥੇ ਜਾ ਰਹੇ ਸੀਗੇ, ਵਿੱਚ ਵਿੱਚ ਮੈਂ ਕਲਿਪਸ ਐਡ ਕੀਤੀਆਂ ਵਾਂ, ਅਤੇ ਮੈਂ ਉਹ ਤੁਹਾਨੂੰ ਪਾ ਦੂੰਗਾ। ਇੱਥੇ ਤਾਂ ਸਾਰੇ ਜਣੇ ਮਜ਼ੇ ਨਾਲ ਦੇਖੇ ਆ, ਜਿਹੜੇ 1, 2, 3, 4, 5 ਆ ਮੈਂ 6 ਬੰਦੇ ਟਰੈਕਟਰ 'ਤੇ ਬਹਿ ਕੇ ਆਏ ਆ। ਉਹ ਦੇਖੋ ਕਿ ਕਿੰਨੇ ਬੱਸ 'ਤੇ ਜਾ ਰਹੇ, ਪੂਰਾ ਮਾਹੌਲ ਚੱਲ ਯੈਸ ਹੋਇਆ ਪਿਆ। ਉਹ ਸਾਹਮਣੇ ਲੰਗਰ ਆਪਾਂ ਖਾਣ ਚੱਲਿਆ, ਸਾਹਮਣੇ ਟਰੈਕਟਰ ਆਪਣਾ ਖੜਾ ਕਰਦਾ ਆ, ਹੁਣ ਆਪਾਂ ਰੋਡ ਪਾਰ ਕਰੇਗੀ। ਉਹ ਲੱਗਾ ਇੱਥੋਂ ਲੈ ਕੇ ਉੱਥੇ ਆ, ਉਹ ਗੰਨੇ ਦੇ ਹਾਂ ਸਾਡੀ ਹਾਈਲੈਕਸ ਟੋਇਟਾ ਵਾਲਿਆਂ ਦੀ ਜਿਹੜੀ ਉਹਨਾਂ ਨੂੰ ਦਿੱਤੀ ਆ। ਅਤੇ ਆਪਾਂ ਹੁਣ ਚੱਲੇ ਆ ਲੰਗਰ ਖਾਣ, ਉਹ ਸਾਹਮਣੇ ਛਿੱਲੇ ਆਉਂਦੇ ਨੇ ਹਾਲੇ ਯਾਰ, ਇੱਧਰ ਕੰਮ ਧਨ ਹੋ ਗਿਆ ਵਾ ਮਾਮਾ। ਇੱਧਰ ਜਲੇਬੀਆਂ ਵੀ ਆ ਚੱਕਣੀਆਂ, ਆਹ ਬੁਲਟ ਖੜਾ ਚੁੱਕਦਾ, ਯੈਸ ਬੁਰੀ ਕਰਾਈ ਆ ਦੇਖੇ। ਲੰਗਰ ਖਾ ਕੇ ਆਈਏ ਹਾਂ।
ਇਹਦਾ ਟੇਸਟ ਬਹੁਤ ਵਧੀਆ ਸੀਗਾ। ਹੈਲੋ ਗਾਇਸ, ਆਪਾਂ ਹੁਣ ਖਾ ਲਿਆ ਲੰਗਰ ਪਾਣੀ, ਕੜੀ ਸੀਗੀ, ਚਾਵਲ ਸੀਗੇ ਅਤੇ ਫੁਲਕਾ ਅਤੇ ਨਾਲ ਜਲੇਬੀਆਂ, ਨਾਲ ਨਾਲ ਸਾਰੇ ਮਸ਼ੀਨਾਂ ਲਿਆਉਂਦੀਆਂ ਇਹਨਾਂ ਨੇ, ਮਿੰਟੋ ਮਿੰਟੀ ਕੰਮ ਹੋ ਜਾਂਦਾ ਹੈ। ਸੁਆਹ ਵਾਲੇ ਵੀ, ਹਾਈਲਿਕਸ ਵਾਲੇ ਵੀ ਆਏ ਸੀਗੇ ਖਾਣ। ਮੇਰਾ ਜੂਸ ਤਾਂ ਪੂਰਾ ਐਂਡ ਸੀ ਭਾਜੀ। ਆਹ ਦੇਖ, ਉੱਥੇ ਵੀ ਲਾਈਵ ਚੱਲ ਰਹੇ ਆ ਪ੍ਰਾਈਮ ਮੀਡੀਆ ਵਾਲੇ। ਬੜਾ ਸਵਾਦ ਸੀ ਗੰਨੇ ਦਾ ਰਸ, ਆਪਣਾ ਟਰੈਕਟਰ ਉਹ ਲੱਗਾ ਅੱਗੇ ਜਾ ਕੇ ਸਰਕਾਰ ਦਿੱਤਾ ਰਿਹਾ ਆਪਣਾ ਨਾਟ ਗਿਆਰਾ ਸਿੱਧੂ ਮੂਸਰ ਪਹੁੰਚ ਗਿਆ ਵਾ ਕਰਤਾਰਪੁਰ, ਬਹੁਤ ਜ਼ਿਆਦਾ ਜਾਮ ਲੱਗਾ ਹੋਇਆ। ਆਪਾਂ ਦੂਸਰੇ ਰਸਤੇ ਜਾਂਦੇ, ਬਹੁਤ ਜ਼ਿਆਦਾ ਜਾਮ। ਆਹ ਇੱਕ ਹੋਲੀ ਦੇ ਕਿੱਦਾਂ ਲਿਖਦੇ ਹੁਣ ਦੇਖੋ ਜੀ, ਮੇਲਾ ਕਰਤਾਰਪੁਰ ਦਾ ਆ ਗਿਆ ਵਾ, ਲਾਗੇ ਆ ਚੰਡੇ ਵਾਲੇ ਆ ਗਏ, ਇੱਧਰ ਆ ਹੋਲੀਆਂ ਦੇ ਮੰਮੇ ਦੇ ਸਿਰ ਚਾਂਡਾ ਮਾਰਿਆ ਲੱਗ ਗਿਆ ਨਾ ਇੰਡੀਆ ਵਾਲਾ, ਦੇਖੋ ਬਹੁਤ ਜਾਮ ਲੱਗਾ ਦੂਰ ਤੱਕ। ਹੁਣ ਆਪਾਂ ਆ ਗਏ ਹਾਂ, ਆਹ ਦੇਖੋ 8:53 ਜਿੱਤੇ ਨਿਸ਼ੂ ਬਾਈ ਦੀ ਮੌਤ ਹੋਈ ਸੀ, ਸਾਨੂੰ ਬਹੁਤ ਦੁੱਖ ਹੈਗਾ। ਨਾਲੇ ਆਪਾਂ ਬੈਕ ਕਰਕੇ ਲਾ ਰਹੇ ਹਾਂ ਆਪਣਾ, ਬੋਲੂਗਾ ਦੇਖ ਲਾਂਗੇ। ਸਰੋਵਰ ਆ ਇੱਥੇ ਦਾ, ਮਾਮੂ ਤੈਰ। ਹੁਣ ਆਪਾਂ ਇੱਥੋਂ ਤੁਰ ਪਏ ਹਾਂ, ਹੁਣੇ ਸਿੱਧਾ ਜਲੰਧਰ ਜਾ ਕੇ ਰੁਕੂਗੀ ਹੁਣ ਗੱਡੀ। ਆਹ ਯਾਰ ਬਹੁਤ ਜ਼ਿਆਦਾ ਜਾਮ ਲੱਗਾ ਇੱਥੇ ਦਾ, ਜਿਵੇਂ
ਪਹਿਲਾਂ ਜਾਣ ਸੀ ਉੱਦਾਂ ਹੀ ਅੰਦਰ ਮੱਥਾ ਟੇਕਿਆ, ਬਹੁਤ ਜ਼ਿਆਦਾ ਪੇਟ ਸੀ। ਫੋਨ ਦੀ ਵੀ 9% ਬੈਟਰੀ ਹੈਗੀ ਅਤੇ ਬਸ ਹੁਣ ਆਪਣਾ ਲਾਸਟ ਵਲੋਗ ਹੈਗਾ ਆ, ਹੁਣ ਬਸ ਆਪਾਂ ਐਂਡ ਕਰਨ ਲੱਗਿਆ ਲੰਗਰ ਲਾਸਟ ਖਾ ਕੇ। ਆਹ ਇੱਥੇ ਅੱਗ ਲੱਗ ਗਈ ਸੀ, ਉਹ ਦੇਖੋ ਆਪਾਂ ਜਾਣਦੇ।